ਪੰਜਾਬ ਦੇ ਮੁੱਖ ਮੰਤਰੀ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਇਲਾਜ ਲਈ ਹਸਪਤਾਲ ਵਿੱਚ ਦਾਖਲ ਸਨ, ਉਹਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਤੇ ਉਹਨਾਂ ਵੱਲੋਂ ਹਸਪਤਾਲ ਤੋਂ ਛੁੱਟੀ ਲੈ ਕੇ ਸਿੱਧੀ ਇੱਕ ਮੀਟਿੰਗ ਕੰਡਕਟ ਕੀਤੀ ਗਈ। ਮੀਟਿੰਗ ਵਿੱਚ ਪਹਿਲਾਂ ਤਰ੍ਹਾਂ ਚੁਸਤ ਦਰੁਸਤ ਨਜ਼ਰ ਆਏ ਸੀਐਮ ਸਾਹਿਬ। ਤੁਸੀਂ ਦੇਖ ਸਕਦੇ ਹੋ ਇਹੋ ਵੀਡੀਓ ਜਿਸ ਵਿੱਚ ਸੀਐਮ ਸਾਹਿਬ ਮੀਟਿੰਗ ਵਿੱਚ ਸਭ ਨਾਲ ਗੱਲਬਾਤ ਕਰ ਰਹੇ ਨੇ ਤੇ ਪਹਿਲਾਂ ਵਾਂਗ ਸਿਹਤਮੰਦ ਤੇ ਚੁਸਤ ਦਰੁਸਤ।